ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਭਾਰਤ ਅਤੇ ਅਮਰੀਕਾ ਵਿਸ਼ਵ ਰੱਖਿਆ ਭਾਗੀਦਾਰੀ ਦੀ ਸਮਰੱਥਾ ਦਾ ਇਸਤੇਮਾਲ ਕਰਨ ਤੇ ਸਹਿਮਤ ਹੋਏ ਅਮਰੀਕੀ ਰੱਖਿਆ ਮੰਤਰੀ ਲਾਰਡ ਆਸਟਨ ਵੱਲੋਂ ਨਵੀਂ ਦਿੱਲੀ ਵਿੱਚ ਹਮੌਦਾ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨਾਲ ਮੁਲਾਕਾਤ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੀੜਕਰ ਨੇ ਕਿਹਾ ਹੈ ਕਿ ਡਿਜੀਟਲ ਪਲੇਟਫਾਰਮਾਂ ਨੇ ਮਹਾਮਾਰੀ ਦੇ ਸਮੇਂ ਦੌਰਾਨ ਸਰਕਾਰ ਦੇ ਕੰਮਕਾਜ ਨੂੰ ਸੁਖਾਲਾ ਬਣਾਇਆ ਹੈ। ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਪੀਜੀਆਈ ਚੰਡੀਗੜ੍ਹ ਵਿਖੇ ਵੱਖ-ਵੱਖ ਆਧੁਨਿਕ ਸਿਹਤ ਸਹੂਲਤਾਂ ਦਾ ਉਦਘਾਟਨ ਕੀਤਾ। ਕੇਂਦਰ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੀ ਰੋਕਥਾਮ ਲਈ ਸੂਬਿਆਂ ਨੂੰ ਸਖਤੀ ਵਰਤਣ ਲਈ ਕਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਾਨੂੰਨ ਲਾਗੂ ਕਰਨ ਬਾਰੇ ਤੰਤਰ ਨੂੰ ਮਜ਼ਬੂਤ ਕਰਨ ਲਈ ਨਵੀਂ ਪਹਿਲ ਦਾ ਐਲਾਨ ਕੀਤਾ। ਅਹਮਦਾਬਾਦ ਵਿੱਚ ਖੇਡੇ ਗਏ ਪੰਜ T20 ਕ੍ਰਿਕਟ ਮੈਚਾਂ ਦੀ ਲੜੀ ਦੇ ਆਖਰੀ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 36 ਦੌੜਾਂ ਦੇ ਫਰਕ ਨਾਲ ਹਰਾ ਕੇ ਲੜੀ ਆਪਣੇ ਨਾਂ ਕੀਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਅਤੇ ਅਮਰੀਕਾ ਵਿਸ਼ਵ ਰੱਖਿਆ ਭਾਗੀਦਾਰੀ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਤੇ ਸਹਿਮਤ ਹੋ ਗਏ ਨੇ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਨ ਨਾਲ ਗੱਲਬਾਤ ਮਗਰੋਂ ਇੱਕ ਸਾਂਝੇ ਬਿਆਨ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਭਾਰਤ ਦੀ ਉਸ ਸਾਗਰ ਨੀਤੀ ਦੇ ਅਨੁਸਾਰ ਹੈ ਜੋ ਇਸ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਤੇ ਵਿਕਾਸ ਦੀ ਹਾਮੀ ਭਰਦੀ ਏ ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਨਾਲ ਹਾਲ ਹੀ ਵਿੱਚ ਹੋਏ ਸਿਖਰ ਸੰਮੇਲਨ ਦੌਰਾਨ ਸੁਤੰਤਰ ਖੁੱਲੇ ਅਤੇ ਭਾਰਤ ਪ੍ਰਸ਼ਾਂਤ ਖੇਤਰ ਨੂੰ ਸਮੁੱਚੇ ਤੌਰ ਤੇ ਬਣਾਈ ਰੱਖਣ ਦੇ ਸੰਕਲਪ ਤੇ ਜ਼ੋਰ ਦਿੱਤਾ ਗਿਆ ਰੱਖਿਆ ਮੰਤਰੀ ਨੇ ਕਿਹਾ ਕਿ ਲਾਇਡ ਆਸਟਨ ਨੇ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਮ੍ਰiddhi ਦੀ ਸਥਾਪਨਾ ਬਾਰੇ ਪ੍ਰਸਤਾਵਾਂ ਤੇ ਉਤਸੁਕਤਾ ਜਤਾਈ ਰਾਜਨਾਥ ਸਿੰਘ ਨੇ ਕਿਹਾ ਕਿ ਗੱਲਬਾਤ ਦੌਰਾਨ ਉਹਨਾਂ ਵਿਚਾਲੇ ਰੱਖਿਆ ਸੂਚਨਾਵਾਂ ਦੇ ਆਦਾਨ-ਪਰਦਾਨ ਨੂੰ ਵਧਾਉਣ ਰੱਖਿਆ ਦੇ ਨਵੇਂ ਉੱਭਰਦੇ ਖੇਤਰਾ ਵਿੱਚ ਸਹਿਯੋਗ ਅਤੇ ਸੈਨਿਕ ਸਹਿਯੋਗ ਨੂੰ ਵਧਾਉਣ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਈ ਉਨਾ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਆਪਕ ਵਿਸ਼ਵ ਰਣਨੀਤਿਕ ਪਾਈਵਾਲੀ ਦੀ ਪੂਰਨ ਸਮਰੱਥਾ ਦਾ ਇਸਤੇਮਾਲ ਕਰਨ ਲਈ ਮਿਲ ਕੇ ਕੰਮ ਕਰਨ ਵਿੱਚ ਪ੍ਰਤੀਪੱਕਾ ਇਰਾਦਾ ਰੱਖਦੇ ਨੇ ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਭਾਰਤੀ ਸੈਨਾ ਅਤੇ ਅਮਰੀਕਾ ਦੇ ਭਾਰਤ ਪ੍ਰਸ਼ਾਂਤ ਕਮਾਂਡ ਸੈਂਟਰਲ ਕਮਾਂਡ ਅਤੇ ਅਫਰੀਕਾ ਕਮਾਂਡ ਵਿਚਾਲੇ ਸਹਿਯੋਗ ਵਧਾਉਣ ਦਾ ਇਰਾਦਾ ਰੱਖਦੇ ਨੇ ਉਹਨਾਂ ਕਿਹਾ ਕਿ ਦੋਵੇਂ ਦੇਸ਼ ਰੱਖਿਆ ਸਬੰਧੀ ਵਕਫ-ਵਕਫ ਆਪਸੀ ਸਮਝੌਤਿਆਂ ਦਾ ਵੱਧ ਤੋਂ ਵੱਧ ਉਪਯੋਗ ਕਰਨ ਨੂੰ ਲੈ ਕੇ ਵੀ ਵਚਨਬੱਧ ਨੇ ਉਨਾ ਕਿਹਾ ਕਿ ਭਾਰਤ ਅਮਰੀਕਾ ਦੇ ਨਾਲ ਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਵੀ ਇੱਛੁਕੇ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਲਈ ਦੋਵੇਂ ਦੇਸ਼ਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਚਰਚਾ ਦੌਰਾਨ ਭਾਰਤ ਅਤੇ ਅਮਰੀਕਾ ਨੇ ਤੇਲ ਦੇ ਰਿਸਾਵ ਪਰਿਆਵਰਣ ਸੰਬੰਧੀ ਆਫਤਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੀਆਂ ਗੈਰ ਰਵਾਇਤੀ ਚੁਣੌਤੀਆਂ ਨਾਲ ਨਜਿੱਠਣ ਲਈ ਸਮਰੱਥਾ ਨਿਰਮਾਣ ਦੀ ਲੋੜ ਵੀ ਮਹਿਸੂਸ ਕੀਤੀ ਉਹਨਾਂ ਉਮੀਦ ਜਤਾਈ ਕਿ ਅਮਰੀਕੀ ਨਰਮਾਤਾ ਰੱਖਿਆ ਖੇਤਰ ਵਿੱਚ ਭਾਰਤ ਦੀ ਉਦਾਰ ਵਿਦੇਸ਼ੀ ਨਿਵੇਸ਼ ਨੀਤੀਆਂ ਦਾ ਲਾਭ ਉਠਾਉਣਗੇ उन्होंने कहा कि दोनों पक्ष इस सहमत गलमत रक्षा उद्योग ने हमारी आज की बातचीत हमारे बीच वाइड रेंजिंग डिफेंस कॉपरेशन और सर्विसेज के बीच एक्सपेंडिंग मिलिट्री टू मिलिट्री इंगेजमेंट इंफॉर्मेशन शेयरिंग और रक्षा के उभरते हुए क्षेत्रों में सहयोग और म्यूचुअल लॉजिस्टिक सपोर्ट पर केंद्रित थी हमने हमारे बीच कई बाई और मल्टीलेटरल एक्सरसाइज की समीक्षा की तथा हम इंडियन मिलिट्री और यूएस इंडो पैसिफिक कमांड सेंट्रल कमांड और अफ्रीका कमांड के बीच सहयोग बढ़ाने पर सहमत हुए हैं हमारे बीच लेमोआ कॉमकासा और बेका समझौते हो चुके हैं यह स्वीकारते हुए हमने उनके फुल पोटेंशियल को रियलाइज करने के लिए आवश्यक कार्रवाई पर भी चर्चा की है भारत अमेरिका जापान और ऑस्ट्रेलिया के हाल में हुए फर्स्ट लीडर समिट ने फ्री ओपन और इनक्लूसिव इंडो पैसिफिक क्षेत्र को बनाए रखने के हमारे संकल्प को दोहराया है अमेरिकी रक्षा मंत्री लॉर्ड ऑस्टिन वालों कल नवी दिल्ली में विदेश मंत्री डॉक्टर एस जयशंकर मुलाकात की थी गई सूत्रा मुताबक दोह नेतावान विचाले आलमी पद्धर से रणनीतिक मुद्दा सने वक् वक् पहलुआ से विचार चर्चा की गई ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਅਮਰੀਕੀ ਰੱਖਿਆ ਮੰਤਰੀ ਨੂੰ ਭਾਰਤ ਦੀਆਂ ਮੌਜੂਦਾ ਰੱਖਿਆ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਭਾਰਤ ਦੀ ਲੰਬੇ ਸਮੇਂ ਦੀ ਰਣਨੀਤੀ ਤੋਂ ਜਾਣੂ ਕਰਵਾਇਆ ਮੀਟਿੰਗ ਦੌਰਾਨ ਦੋਹਾਂ ਨੇਤਾਵਾਂ ਵੱਲੋਂ ਅਫਗਾਨਿਸਤਾਨ ਵਿੱਚ ਮੌਜੂਦਾ ਸਥਿਤੀ ਅਤੇ ਸ਼ਾਂਤੀ ਦੀ ਬਹਾਲੀ ਸੰਬੰਧੀ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਗਈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਬਾਈਡਨ ਪ੍ਰਸ਼ਾਸਨ ਵੱਲੋਂ ਇਸ ਮੁੱਦੇ ਤੇ ਭਾਰਤ ਨਾਲ ਸੰਪਰਕ ਬਣਾਈ ਰੱਖਣ ਦੀ ਛਲਾਗਾ ਕੀਤੀ ਇਸ ਮੌਕੇ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਦੋ ਲੋਕਤੰਤਰ ਨੇ ਅਤੇ ਦੋਹਾਂ ਹੀ ਦੇਸ਼ਾਂ ਲਈ ਮਨੁੱਖੀ ਅਧਿਕਾਰ ਅਤੇ ਕਦਰਾਂ ਕੀਮਤਾਂ ਮਾਇਨੇ ਰੱਖਦੀਆਂ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਦੋਹਾਂ ਮੁਲਕਾਂ ਵਿਚਾਲੇ ਮਜ਼ਬੂਤ ਸਬੰਧ ਕੇਵਲ ਭਾਰਤ ਅਤੇ ਅਮਰੀਕਾ ਦੇ ਹਿੱਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਹਿੱਤ ਵਿੱਚ ਨੇ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੀੜਕਰ ਨੇ ਕਿਹਾ ਹੈ ਕਿ ਡਿਜੀਟਲ ਪਲੇਟਫਾਰਮ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦੇ ਨੇ। ਮੁੰਬਈ ਵਿੱਚ ਇੱਕ ਡਿਜੀਟਲ মিডিਆ ਕਾਨਕਲੇਵ ਨੂੰ ਸੰਬੋਧਨ ਕਰਦਿਆਂ ਜਾਵਿਟ ਕਰਨੇ ਕਿਹਾ ਕਿ ਡਿਜੀਟਲ ਟੈਕਨੋਲੋਜੀ ਪਲੇਟਫਾਰਮਾਂ ਨੇ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਮੁਕਤ ਮਾਹੌਲ ਦੀ ਸ਼ੁਰੂਆਤ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈਏ ਉਹਨਾਂ ਕਿਹਾ ਕਿ OTT ਬਾਰੇ ਨਵੇਂ ਨਿਰਦੇਸ਼ਾਂ ਰਾਹੀਂ ਸਰਕਾਰ ਨੇ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਲਈ ਇੱਕ ਸਮਾਨ ਖੇਤਰ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀਏ ਜਾਵਿਟ ਕਰਨੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਡਿਜੀਟਲ ਇੰਡੀਆ ਨੇ ਸਰਕਾਰ ਦੇ ਕੰਮਕਾਜ ਨੂੰ ਸੁਖਾਲਾ ਬਣਾਇਆ ਏ ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਕੇਂਦਰੀ ਮੰਤਰੀ ਮੰਡਲ ਦੀਆਂ ਵਰਚੁਅਲ ਮਾਧਿਅਮ ਰਾਹੀਂ ਕਰਵਾਈਆਂ ਗਈਆਂ 50 ਤੋਂ ਵੱਧ ਮੀਟਿੰਗਾਂ ਸਦਕਾ ਟੁਕਮੇ ਫੈਸਲੇ ਲੈਣ ਵਿੱਚ ਕੋਈ ਦੇਰੀ ਨਹੀਂ ਹੋਈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ 35 ਕਰੋੜ ਲੋਕਾਂ ਨੂੰ ਡੀਬੀਟੀ ਰਾਹੀਂ 13 ਲੱਖ ਕਰੋੜ ਰੁਪਏ ਦੀ ਰਕਮ ਤਕਸੀਮ ਕੀਤੀ ਗਈ ਏ ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ-19 ਤੋਂ ਬਾਅਦ ਉੱਤਰ ਪੂਰਬ ਨਵੇਂ ਭਾਰਤ ਦਾ ਮਾਰਗਦਰਸ਼ਕ ਬਣੇਗਾ ਸਰਕਾਰ ਦੀ ਐਕਟ ਈਸਟ ਨੀਤੀ ਤੇ ਕਰਵਾਏ ਗਏ ਇੱਕ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਉੱਤਰ ਪੂਰਬੀ ਹਿੱਸਾ ਨਿਊ ਇੰਡੀਆ ਲਈ ਤਰੱਕੀ ਦਾ ਇੰਜਣ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਖੇਤਰ ਦੀਆਂ ਵਿਸ਼ਾਲ ਸੰਭਾਵਨਾਵਾਂ ਅਤੇ ਸਰੋਤਾਂ ਨੂੰ ਧਿਆਨ ਵਿੱਚ ਰੱਖੇ ਤੋਂ ਬਗੈਰ ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਇਆ ਨਹੀਂ ਜਾ ਸਕਦਾ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਹੁਦਾ ਸੰਭਾਲਣ ਮਗਰੋਂ ਐਕਟ ਈਸਟ ਨੀਤੀ ਦਾ ਵਿਜ਼ਨ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਇਸ ਵਿਜ਼ਨ ਨੇ ਗੁਆਂਡੀ ਦੇਸ਼ਾਂ ਨਾਲ ਸਾਡੇ ਸਬੰਧਾਂ ਨੂੰ ਇੱਕ ਨਵਾਂ ਨਜ਼ਰੀਆ ਅਤੇ ਪਹੁੰਚ ਪ੍ਰਦਾਨ ਕੀਤੀ ਏ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਏ ਉਹਨਾਂ ਕਿਹਾ ਕਿ ਉੱਤਰ ਪੂਰਬੀ ਖੇਤਰ ਦੇ ਸੂਬਿਆਂ ਵਿੱਚ ਰੇਲ ਸੰਪਰਕ ਸੜਕੀ ਆਵਾਜਾਈ ਅਤੇ ਜਲ ਮਾਰਗਾਂ ਨੂੰ ਵਿਕਸਿਤ ਕਰਕੇ ਸੰਚਾਰ ਨੂੰ ਵਧੇਰੇ ਸੁਖਾਲਾ ਕੀਤਾ ਗਿਆ ਏ ਤੇ ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ डिजिटल बैंकिंग का है जमाना टाइम है बचाओ डिजिटल बैंकिंग है आसान करो चाहे कोई भुगतान कदे भी कित भी सेफ है फास्ट है हर पेमेंट उंगली आते सेट है लैंड देन देने ऑप्शन कई आई एम पी एस एन एफ चौबीस घंटे काम कर दे ए पेमेंट सौखी ते पे आराम रहे आरबीआई कहना है, है जानकार बनो सचेत रहो ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੱਲ ਪੀਜੀਆਈ ਚੰਡੀਗੜ੍ਹ ਵਿਖੇ ਅਤੀ ਆਧੁਨਿਕ ਸਿਹਤ ਸਹੂਲਤਾਂ ਦਾ ਉਦਘਾਟਨ ਕੀਤਾ ਸਿਹਤ ਮੰਤਰੀ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਲਈ ਮੂੰਹ ਦੀ ਸਿਹਤ ਸੰਭਾਲ ਬਾਰੇ ਕੌਮੀ ਸਰੋਤ ਕੇਂਦਰ ਆਧੁਨਿਕ ਪੀਈਟੀ ਸੀਟੀ ਸਹੂਬਾ ਆਧੁਨਿਕ ਵੈਸਕੂਲਰ ਲੈਬ ਡਿਊਲ ਸੋਰਸ ਸੀਟੀ ਸਕੈਨ ਅਤੇ ਅੱਖਾਂ ਲਈ ਸਮਾਈਲ ਸਹੂਬਾ ਦਾ ਉਦਘਾਟਨ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ਪਜੀ ਦੇਸ਼ ਦੇ ਉਹਨਾਂ 24 ਸੰਸਥਾਨਾਂ ਵਿੱਚੋਂ ਇੱਕ ਹੈ ਜੋ ਉੱਤਰ ਭਾਰਤ ਦੇ ਸਾਰੇ ਸੂਬਿਆਂ ਨੂੰ ਮੈਡੀਕਲ ਸਹੂਬਾਵਾਂ ਉਪਲਬਧ ਕਰਵਾ ਰਿਹਾ ਹੈ ਇਸ ਮੌਕੇ ਸਿਹਤ ਮੰਤਰੀ ਨੇ ਕੋਵਿਡ-19 ਵਿਰੁੱਧ ਲੜਾਈ ਅਤੇ ਵੈਕਸੀਨ ਦੇ ਸਵਦੇਸ਼ੀ ਨਿਰਮਾਣ ਲਈ ਮੈਡੀਕਲ ਪੇਸ਼ੇਵਰਾਂ ਅਤੇ ਵਿਗਿਆਨਿਕ ਭਾਈਚਾਰੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪਜੀ ਵਿਸ਼ਵ ਦੇ ਸਾਹਮਣੇ ਸਭਨਾਂ ਲਈ ਸਿਹਤ ਦੇ ਮਾਡਲ ਨੂੰ ਸਫਲਤਾਪੂਰਵਕ ਰੱਖਦਾ ਏ। ਉਹਨਾਂ ਕਿਹਾ ਕਿ ਪਜੀ ਵਿੱਚ ਇਹਨਾਂ ਨਵੀਆਂ ਸਿਹਤ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਆਸ-ਪਾਸ ਦੇ ਖੇਤਰ ਦੇ ਲੋਕਾਂ ਨੂੰ ਭਾਰੀ ਲਾਭ ਹੋਵੇਗਾ। ਕੇਂਦਰ ਸਰਕਾਰ ਨੇ ਕੋਵਿਡ-19 ਦੇ ਵਾਧੇ ਮਾਮਲਿਆਂ ਨੂੰ ਨੱਥ ਪਾਉਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਖਤੀ ਕਰਨ ਲਈ ਕਿਹਾ ਹੈ। ਗ੍ਰੈਸ ਕਤਰ ਅਜੇ ਪੱਲਾ ਵੱਲੋਂ ਸੂਬਿਆਂ ਦੇ ਮੁਖ ਸਕੱਤਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਚਿੱਠੀ ਲਿਖ ਕੇ ਨਿਗਰਾਨੀ, ਕੰਟੇਨਮੈਂਟ ਅਤੇ ਚੌਕਸੀ ਵਰਤਨ ਦੇ ਨਿਰਦੇਸ਼ ਦਿੱਤੇ ਗਏ ਨੇ। ਚਿੱਠੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਕੋਵਿਡ-19 ਦੇ ਵਾਧੇ ਮਾਮਲਿਆਂ ਸਬੰਧੀ ਲੋਕਾਂ ਵਿੱਚ ਢੁਕਵੇਂ ਵਿਵਹਾਰ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਆ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਸੂਬਿਆਂ ਨੂੰ ਕੰਟੇਨਮੈਂਟ ਜ਼ੋਨਾਂ ਵਿੱਚ ਵਿਸ਼ੇਸ਼ ਤੌਰ ਤੇ ਸਖਤੀ ਵਰਤਣ ਲਈ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਸੂਬਿਆਂ ਨੂੰ ਭੇਜੀ ਗਈ ਚਿੱਠੀ ਮੁਤਾਬਕ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਟੁਕਮੀ ਨਿਗਰਾਨੀ ਪ੍ਰਕਿਰਿਆ ਅਪਣਾਉਣ ਦੀ ਹਦਾਇਤ ਕੀਤੀ ਗਈ ਏ ਇਸ ਤੋਂ ਇਲਾਵਾ ਸਰੀਰਕ ਦੂਰੀ ਅਤੇ ਹੱਥਾਂ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਹਦਾਇਤ ਕੀਤੀ ਗਈ ਏ ਕੇਂਦਰ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੋਕਾਂ ਵਿੱਚ ਮਹਾਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੀ ਕਿਹਾ ਗਿਆ ਏ ਪੰਜਾਬ ਵਿੱਚ ਕਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਰਾਤੀ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਇਆ ਗਿਆ ਹੈ ਅਤੇ ਸਰਕਾਰ ਨੇ 31 ਮਾਰਚ ਤੱਕ ਸਕੂਲਾਂ ਤੇ ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਨੇ ਸਰਕਾਰ ਵੱਲੋਂ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਨੇ ਤਾ ਜੋ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਜਲੰਧਰ ਵੀ ਉਹਨਾਂ 11 ਜ਼ਿਲ੍ਹਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚ ਪਾਬੰਦੀਆਂ ਲਗਾਈਆਂ ਗਈਆਂ ਨੇ ਜਲੰਧਰ ਦੇ ਲੋਕਾਂ ਨੇ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦਾ ਸਵਾਗਤ ਕੀਤਾ ਹੈ ਜਿਹਾ ਵੇਦਾਂ ਕਿ ਸਰ ਜੀ ਉਹ ਸਰਕਾਰ ਦੇ ਡਿਸੀਜਨ ਹੈ ਕਿ 2 ਘੰਟੇ ਪਹਿਲਾਂ ਸਾਡਾ ਜਿਹੜਾ ਕਰਫੂ ਦਾ ਟਾਈਮ ਵਧਾਤਾ ਹੈ ਤੇ ਉਹਨਾਂ ਨੇ ਸਾਨੂੰ ਮਤਲਬ ਫਰਕ ਤਾਂ ਬਹੁਤ ਪਿਆਰੇ ਦੁਕਾਨਦਾਰੀ 'ਚ ਥੋੜਾ ਕਸਟਮਰ ਦਾ ਵੀ ਫਰਕ ਪਿਆ ਹੈ ਪਰ ਜਿਵੇਂ ਜੋ ਵੀ ਬਿਮਾਰੀ ਚੱਲ ਰਹੀ ਹੈ ਇਹ ਬਿਮਾਰੀ ਦਾ ਇਸਰਾਫਾ ਇਹ ਨਾ ਹੋ ਜਾਵੇ ਸਭ ਟਾਈਮ ਦੇ ਨਾਲ तो बहुत है अभी तो अपने कस्टमर भी यही कह रहे हैं कि कस्टमर आता है कि बिना मास्क ना आए माक्स पागे आवे सोशल जो अपना यूज़ करना अपना जो गवर्नमेंट स्टेप ले रही है डे बाय डे की पोजीशन देखते हुए जैसे ही कोरोना केस काफ़ी बढ़ते जा रहे हैं उस रिगार्डिंग गवर्नमेंट जो स्टेप ले रही है वो हमारे वेलफेयर हमारे भले के लिए सबके लिए तो जैसे उन्होंने अब टाइम बढ़ाया है उस वजह से मार्केट में इफेक्ट तो पड़ा है लेकिन यह है कि टाइम बढ़ने से अगर कुछ कंट्रोल होता है तो गवर्नमेंट का बहुत अच्छा ये स्टेप है ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਸੂਬੇ ਵਿੱਚ ਕਾਨੂੰਨ ਲਾਗੂ ਕਰਨ ਬਾਰੇ ਤੰਤਰ ਨੂੰ ਮਜ਼ਬੂਤ ਕਰਨ ਲਈ ਨਵੀਂ ਪਹਿਲ ਦਾ ਐਲਾਨ ਕੀਤਾ ਜਿਸ ਤਹਿਤ ਸਮਰਪਿਤ ਜ਼ਿਲ੍ਹਾ ਤਕਨੀਕੀ ਯੂਨਿਟਾਂ ਤੋਂ ਇਲਾਵਾ ਜ਼ਿਲ੍ਹਾ ਨਾਰਕੋਟਿਕਸ ਯੂਨਿਟਾਂ, ਸੋਸ਼ਲ ਮੀਡੀਆ ਯੂਨਿਟਾਂ, ਫੋਰੈਂਸਿਕ ਯੂਨਿਟਾਂ ਅਤੇ ਸਾਜ਼ਿਸ਼ ਵਿਰੋਧੀ ਚੈਕਿੰਗ ਟੀਮਾਂ ਸਥਾਪਿਤ ਕਰਨਾ ਸ਼ਾਮਲ ਹੈ। ਇਹ ਸਾਰੇ ਹਿੰਦੁਸਤਾਨ ਵਿੱਚ ਪਹਿਲੀ ਕਿਸਮ ਦਾ ਉਪਰਾਲਾ ਹੋਵੇਗਾ। ਇਸ ਫੈਸਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਪੁਲਿਸ ਦੇ ਕੰਮਕਾਜ ਅਤੇ ਜਾਂਚ ਸੰਬੰਧੀ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਸਰਕਾਰ ਦੇ 4 ਸਾਲਾਂ ਦੌਰਾਨ ਉਹਨਾਂ ਕਾਨੂੰਨ ਅਤੇ ਪ੍ਰਬੰਧ ਦੀ ਸਥਿਤੀ ਵਿੱਚ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਉਹਨਾਂ ਦੀ ਸਰਕਾਰ ਕਾਨੂੰਨ ਲਾਗੂਕਰਨ ਸੰਬੰਧੀ ਮਸ਼ੀਨਰੀ ਦੀ ਮਜ਼ਬੂਤੀ ਤੇ ਕੰਮ ਕਰ ਰਹੀ ਹੈ ਜਿਸ ਤਹਿਤ ਨਵੇਂ ਦੌਰ ਦੇ ਅਪਰਾਧਾਂ ਜਿਵੇਂ ਕਿ ਡਿਜੀਟਲ ਜਾਂ ਸਾਈਬਰ ਅਪਰਾਧ ਨਾਲ ਨਜਿੱਠਣ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਵਧਾਉਣ ਦੇ ਨਾਲ-ਨਾਲ ਸਮਾਜ ਦੇ ਹੋਰ ਵਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਵਿਸ਼ੇਸ਼ ਅਪਰਾਧਾਂ ਨਾਲ ਨਜਿੱਠਣ ਲਈ 3100 ਡੋਮੇਨ ਮਾਹਿਰਾਂ ਸਬ ਇੰਸਪੈਕਟਰ ਤੇ ਕਾਂਸਟੇਬਲ ਪੱਧਰ ਉੱਤੇ 10000 ਪੁਲਿਸ ਕਰਮਚਾਰੀ ਭਰਤੀ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ 33% ਮਹਿਲਾਵਾਂ ਹੋਣਗੀਆਂ ਤਾਂ ਜੋ ਜ਼ਮੀਨੀ ਪੱਧਰ ਉੱਤੇ ਫੋਰਸ ਵਧਾਉਣ ਦੇ ਨਾਲ-ਨਾਲ ਪ੍ਰਭਾਵੀ ਪੁਲਿਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ ਗ੍ਰਹਿ ਮੰਤਰਾ ਅੱਲੇ ਦਾ ਵੀ ਜ਼ਿੰਮਾ ਸੰਭਾਲ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅਪਰਾਧ ਦੇ ਬਦਲ ਰਹੇ ਤੌਰ ਤਰੀਕਿਆਂ ਦੇ ਨਾਲ ਇਹਨਾਂ ਦੀ ਰੋਕਥਾਮ ਅਤੇ ਪੜਤਾਲ ਪ੍ਰਭਾਵੀ ਤਰੀਕੇ ਨਾਲ ਕਰਨ ਲਈ ਡੋਮੇਨ ਮਾਹਰ ਕਾਨੂੰਨ ਫੋਰੈਂਸਿਕ ਡਿਜੀਟਲ ਫੋਰੈਂਸਿਕ ਸੂਚਨਾ ਟੈਕਨੋਲੋਜੀ ਡਾਟਾ ਮਾਈਨਿੰਗ ਸਾਈਬਰ ਸੁਰੱਖਿਆ ਖੂਫੀਆ ਅਧਿਐਨ ਮਨੁੱਖੀ ਵਸੀਲੇ ਪ੍ਰਬੰਧਨ ਤੇ ਵਿਕਾਸ ਅਤੇ ਸੜਕ ਸੁਰੱਖਿਆ ਯੋਜਨਾ ਤੇ ਇੰਜੀਨੀਅਰਿੰਗ ਪਦਰ ਤੇ ਕੰਮ ਕਰਨਗੇ ਉਨਾ ਦੱਸਿਆ ਕਿ ਪੁਲਿਸ ਫੋਰਸ ਵਿੱਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਉਲੀਕੇ ਗਏ ਇਸ ਕਦਮ ਨਾਲ ਪੰਜਾਬ ਡੋਮੇਨ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਇਹਨਾਂ ਪਹਿਲ ਕਦਮੀ ਨੇ ਇਨ੍ਹਾਂ ਪਹਿਲ ਕਦਮੀਆਂ ਨਾਲ ਹੋਰ ਵੇਰਵਾ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਡੋਮੇਨ ਮਾਹਿਰਾਂ ਵਿੱਚ ਤਕਰੀਬਨ 600 ਲਾ ਗ੍ਰੈਜੂਏਟ 450 ਕ੍ਰਾਈਮ ਸੀਨ ਜਾਂਚਕਰਤਾ ਕਾਨੂੰਨ ਕਾਮਰਸ ਡਾਟਾ ਮਾਈਨਿੰਗ ਡਾਟਾ ਐਨਾਲਿਸਿਸ ਵਿੱਚ ਤਜਰਬੇ ਤੇ ਵਿਸ਼ੇਸ਼ ਯੋਗਤਾ ਵਾਲੇ 1350 ਆਈਟੀ ਮਾਹਰ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਸਾਈਬਰ ਜਾਸੂਸੀ ਵਿੱਤੀ ਜਾਸੂਸੀ ਕਤਲ ਕੇਸਾਂ ਵਿੱਚ ਜਾਸੂਸੀ ਜਿੰਸੀ ਹਮਲੇ ਤੇ ਬਲਾਤਕਾਰ ਦੇ ਕੇਸਾਂ ਵਿੱਚ ਜਾਸੂਸੀ ਲਈ ਲਾਇਆ ਜਾਵੇਗਾ ਪੰਜਾਬ ਸਰਕਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਫੈਮਿਲੀ ਕਾਉਂਸਲਿੰਗ ਸੈਂਟਰਾਂ ਅਤੇ ਮਹਿਲਾ ਹੈਲਪ ਡੈਸਕਾਂ ਉੱਤੇ ਤਾਇਨਾਤੀ ਲਈ 460 ਦੇ ਕਰੀਬ ਸਿੱਖਿਆਤ ਯੋਗਤਾ ਪ੍ਰਾਪਤ ਕਾਉਂਸਲਰ ਕਲੀਨिकल ਸਾਈਕੋਲੋਜਿਸਟ ਤੇ ਵਿਕਟਿਮ سپورਟ ਅਫਸਰਾਂ ਦੀ ਵੀ ਭਰਤੀ ਕਰੇਗੀ ਪੱਛਮੀ ਬੰਗਾਲ ਸਣੇ ਚਾਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਰਨੁਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੇ ਮਤੇਨਜ਼ਰ ਸਿਆਸੀ ਮਾਹੌਲ ਦਿਨ ਪ੍ਰਤੀ ਦਿਨ ਪਖਤਾ ਜਾ ਰਿਹਾ ਏ ਪੱਛਮੀ ਬੰਗਾਲ ਅਤੇ ਅਸਾਮ ਵਿੱਚ 27 ਮਾਰਚ ਨੂੰ ਪਹਿਲੇ ਗੇੜ ਤਹਿਤ ਕਰਵਾਈਆਂ ਜਾਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਅਤੇ ਜਨਤਕ ਮੀਟਿੰਗਾਂ ਕਰ ਰਹੀਆਂ ਨੇ ਪਹਿਲੇ ਗੇੜ ਤਹਿਤ ਪੱਛਮੀ ਬੰਗਾਲ 30 ਅਤੇ ਅਸਾਮ ਦੀਆਂ 47 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੁਆਈਆਂ ਜਾਣਗੀਆਂ ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੱਲ ਅਸਾਮ ਦੇ ਗੁਹਾਟੀ ਵਿੱਚ ਚੋਣ ਰੈਲੀ ਦੌਰਾਨ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਦੂਜੇ ਗੇੜ ਤਹਿਤ ਪਹਿਲੀ ਅਪ੍ਰੈਲ ਨੂੰ ਪੱਛਮੀ ਬੰਗਾਲ ਦੀਆਂ 30 ਅਤੇ ਅਸਾਮ ਦੀਆਂ 39 ਸੀਟਾਂ ਦੇ ਵੋਟਾਂ ਪੁਆਈਆਂ ਜਾਣਗੀਆਂ ਤਮਿਲਨਾਡੂ, ਕੇਰਲ ਅਤੇ ਪੋਂਡੂਚੇਰੀ ਵਿੱਚ ਇੱਕੋ ਇੱਕ ਗੇੜ ਤਹਿਤ ਕਰਵਾਈਆਂ ਜਾਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਹਲਕੇ ਤੱਕ ਆਪਣੇ ਕਾਗਜ਼ ਵਾਪਸ ਲਏ ਜਾ ਸਕਦੇ ਨੇ। ਸੂਬਾ ਚੋਣ ਕਮਿਸ਼ਨ ਮੁਤਾਬਕ ਤਮਿਲਨਾਡੂ ਵਿੱਚ 234 ਵਿਧਾਨ ਸਭਾ ਸੀਟਾਂ ਲਈ ਕੁੱਲ 7230 ਉਮੀਦਵਾਰਾਂ ਵੱਲੋਂ ਪਰਚੇ ਦਾਖਲ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1067 ਮਹਿਲਾ ਉਮੀਦਵਾਰ ਅਤੇ 3 트랜ਸਜੈਂਡਰ ਉਮੀਦਵਾਰ ਨੇ ਤਮਿਲਨਾਡੂ, ਕੇਰਲ ਅਤੇ ਪੋਂਡੂਚੇਰੀ ਵਿੱਚ 6 ਅਪ੍ਰੈਲ ਨੂੰ ਵੋਟਾਂ ਪੁਆਈਆਂ ਜਾਣਗੀਆਂ। ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ